ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਕੀ ਤੁਸੀਂ ਲੰਡਨ ਜਾਣਾ ਚਾਹੁੰਦੇ ਹੋ? ਕੀ ਤੁਹਾਡੇ ਕੋਲ ਇਹ ਪਾਸਪੋਰਟ ਹੈਗਾ ਕਿ ਨਹੀਂ ਹੈਗਾ? ਨਹੀਂ ਹੈਗਾ, ਕੋਈ ਗੱਲ ਨਹੀਂ। ਤੁਹਾਨੂੰ ਅੱਜ ਅਸੀਂ ਇਸ ਜਿਹੜਾ ਭਾਰਤੀ ਜਿਹੜਾ ਵੈਦਿਕ ਪਾਸਪੋਰਟ ਹੁੰਦਾ, ਤੁਹਾਨੂੰ ਅਸੀਂ ਬਿਨਾਂ ਪਾਸਪੋਰਟ ਤੁਹਾਨੂੰ ਅੱਜ ਅਸੀਂ ਲੰਡਨ ਦੀ ਸੈਰ ਕਰਾਵਾਂਗੇ ਔਰ ਤੁਹਾਨੂੰ ਲੰਡਨ ਪਹੁੰਚਾਵਾਂਗੇ। ਮਜ਼ਾਕ ਨਹੀਂ ਹੈ, ਆਓ ਤੁਹਾਨੂੰ ਮੈਂ ਪਹਿਲਾਂ ਲੰਡਨ ਦਿਖਾਵਾਂ। ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਜੀ ਲੰਡਨ ਦੀਆਂ। ਇਹ ਲੰਡਨ ਦਾ ਹਾਰਬਰ ਬ੍ਰਿਜ ਕਿਹਾ ਜਾਂਦਾ ਇਹਨੂੰ, ਔਰ ਅੱਜ ਤੁਹਾਨੂੰ ਅਸੀਂ ਲੰਡਨ ਦੀ ਸੈਰ ਕਰਾਉਣ ਜਾ ਰਹੇ ਹਾਂ ਓਰਿਜਿਨਲ, ਬਿਨਾਂ ਪਾਸਪੋਰਟ ਤੋਂ। ਸੋ ਇਹ ਜਿਹੜਾ ਲੰਡਨ ਦਾ ਜਿਹੜਾ ਮਾਡਲ ਹੈ ਕਿਸਮ ਦਾ, ਇੱਕ ਲੁਧਿਆਣਾ ਦਾ ਇੱਕ ਲੜਕਾ ਹੈ, ਨੌਜਵਾਨ ਹੈ, ਜਿਸਨੇ ਇਸ ਨੂੰ ਤਿਆਰ ਕੀਤਾ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉਸ ਨੌਜਵਾਨਾਂ ਰੂਬਰੂ ਕਰਾਉਣ ਜਾ ਰਿਹਾ ਜਿਸਨੇ ਤਕਰੀਬਨ 5 ਸਾਲਾਂ ਦੀ ਤੋਂ ਵੱਧ ਦੀ ਮਿਹਨਤ ਕਰਕੇ ਇਸ ਮਾਡਲ ਨੂੰ ਤਿਆਰ ਕੀਤਾ, ਜੋ ਕਿ ਹੂ ਬਹੂ ਲੰਡਨ ਦਾ ਇੱਕ ਜਿੰਦਾ ਜਾਗਦੀ ਇੱਕ ਮਿਸਾਲ ਤੁਹਾਡੇ ਸਾਹਮਣੇ ਹੈ। ਸੋ ਆਓ ਤੁਹਾਨੂੰ ਅੱਜ ਉਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਸਰ ਕੀ ਨਾਮ ਤੁਹਾਡਾ ਜੀ? ਗੁਰਦੀਪ ਸਿੰਘ। ਗੁਰਦੀਪ ਸਿੰਘ, ਸਾਡੀ ਤੁਹਾਡੀ ਕਿੰਨੀ ਉਮਰ ਹੈ? ਸਭ ਤੋਂ ਪਹਿਲਾਂ ਸਾਨੂੰ ਸਤਿ ਸ਼੍ਰੀ ਅਕਾਲ ਜੀ। ਮੇਰੀ ਏਜ ਹੈਗੀ ਹੈ 28। ਹਾਂਜੀ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ। ਮੈਨੂੰ ਦੱਸੋ ਪਹਿਲਾਂ ਤੁਸੀਂ ਇਹ ਮਾਡਲ ਬਣਾਇਆ, ਕੀ ਸੋਚ ਕੇ ਬਣਾਇਆ, ਕਿਉਂ ਤੁਸੀਂ ਕਿੰਨੀ ਮਿਹਨਤ ਨਾਲ ਕੀਤੀ? ਬਸ ਭਾਜੀ, ਬਚਪਨ ਦਾ ਡਰੀਮ ਸੀ ਕਿ ਲੰਡਨ ਜਾਣਾ ਹੈਗਾ। ਸ਼ੁਰੂ ਤੋਂ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਮਾਡਲ ਬਣਾ ਕੇ ਰੱਖਾਂ, ਅਤੇ 3-4-5 ਸਾਲ ਪਹਿਲਾਂ ਮੈਂ ਆਇਆ ਹੈ ਕਿ ਮੈਂ ਮਾਡਲ ਤਿਆਰ ਕਰਾਂ, ਅਤੇ ਹੌਲੀ ਹੌਲੀ ਮੈਂ ਇਹਨੂੰ ਪੂਰਾ ਕੰਪਲੀਟ ਕਰਾਂ। ਸੋ ਆਓ ਤੁਹਾਨੂੰ ਮੈਂ ਉਸ ਨੌਜਵਾਨ ਨਾਲ ਮਿਲਾਉਣ ਜਾ ਰਿਹਾ, ਲੁਧਿਆਣਾ ਦਾ ਉਹ ਸ਼ਖਸ ਹੈ ਜਿਹਨੇ ਇਸ ਮਾਡਲ ਨੂੰ ਤਕਰੀਬਨ 5.5 ਸਾਲ ਦੀ ਅੰਤਕ ਮਿਹਨਤ ਤੋਂ ਬਾਅਦ ਬਣਾਇਆ। ਤੋ ਕਾਬਿਲ ਤਾਰੀਫ ਹੈ, ਔਰ ਮੈਂ ਤੁਹਾਨੂੰ ਦੱਸੂੰਗਾ, ਉਹਨਾਂ ਦੀ ਮੂੰਹ ਜ਼ੁਬਾਨੀ ਸੁਣਾਊਂਗਾ ਵੀ ਕਿੰਨਾ ਟਾਈਮ ਲੱਗਾ ਔਰ ਕਿਸ ਤਰ੍ਹਾਂ ਇਹ ਮਨ 'ਚ ਇਸ ਮਾਡਲ ਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਖਿਆਲ ਆਇਆ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਮੇਰਾ ਬਚਪਨ ਤੋਂ ਡਰੀਮ ਸੀ ਕਿ ਮੈਂ ਲੰਡਨ ਜਾਵਾਂ, ਅਤੇ ਮੈਨੂੰ ਬਚਪਨ ਤੋਂ ਸ਼ੌਂਕ ਵੀ ਸੀ ਕਿ ਮੈਂ ਮਾਡਲ ਬਣਾ ਕੇ ਰੱਖਾਂ, ਆਪਣੇ ਘਰ ਆਪਣੇ ਯਾਨੀ ਕਿ ਅੱਖਾਂ ਦੇ ਸਾਹਮਣੇ ਰੱਖਾਂ, ਅਤੇ ਹੌਲੀ ਹੌਲੀ ਮੈਂ ਇਸ ਨੂੰ ਬਣਾਉਂਦਾ ਗਿਆ ਅਤੇ ਅੱਜ ਤੁਹਾਡੇ ਸਾਹਮਣੇ ਕੰਪਲੀਟ ਕਰ। ਮੈਨੂੰ ਸੁਣਨ 'ਚ ਇਹ ਵੀ ਇਹਦੇ ਜ਼ਿਆਦਾ, ਤੁਸੀਂ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਜ਼ਿਆਦਾ ਨਹੀਂ ਹੈ, ਤੁਸੀਂ ਬਿਜ਼ਨਸ ਕਰਦੇ ਹੋ, ਅਤੇ ਲੇਕਿਨ ਜਿਹੜਾ ਕੰਮ ਜਿਹੜਾ ਹੈਗਾ ਇੱਕ ਬਹੁਤ ਵੱਡੇ ਇੰਜੀਨੀਅਰ ਕੰਮ ਹੁੰਦੇ, ਜਿਹੜੇ ਮਾਡਲ ਬਣਾਉਂਦੇ ਆ, ਪੜ੍ਹੇ ਲਿਖੇ ਹੁੰਦੇ, ਬਹੁਤ ਜ਼ਿਆਦਾ ਹਾਈਲੀ ਕੁਆਲੀਫਾਈਡ ਹੁੰਦੇ ਆ, ਤੁਹਾਡੇ ਮਨ 'ਚ ਗੱਲ ਕਿੱਦਾਂ ਖਿਆਲ? ਬਸ ਭਾਅ ਜੀ, ਮੇਰਾ ਬਚਪਨ ਤੋਂ ਮੈਂ ਇੱਦਾਂ ਚੀਜ਼ਾਂ ਬਣਾਉਂਦਾ ਰਹਿੰਦਾ ਸੀ। ਪਹਿਲਾਂ ਛੋਟੇ ਲੈਵਲ 'ਤੇ ਬਣਾਉਣੀਆਂ, ਫਿਰ ਇੱਕ ਦਿਨ ਮਾਇੰਡ 'ਚ ਆਇਆ ਕਿ ਮੈਂ ਥੋੜ੍ਹਾ ਵੱਡੇ ਲੈਵਲ 'ਤੇ ਬਣਾਵਾਂ ਕਿ ਸਭ ਨੂੰ ਪਤਾ ਲੱਗੇ ਵੀ ਕੋਈ ਚੀਜ਼ ਬਣਾਈ ਹੈਗੀ, ਅਤੇ ਮੈਂ ਫਿਰ ਮਾਇੰਡ 'ਚ ਕੀਤਾ ਕਿ ਮੈਂ ਲੰਡਨ ਸਿਟੀ ਮਾਡਲ ਹੀ ਬਣਾਉਂਦਾ ਹੈ, ਅਤੇ ਅੱਜ ਤੱਕ ਸਾਹਮਣੇ। ਤਾਂ ਮੈਨੂੰ ਦਿਖਾਓ, ਸਭ ਤੋਂ ਪਹਿਲਾਂ ਮੈਨੂੰ ਦੱਸੋ ਆਹੜੀ ਚੀਜ਼ ਤੁਸੀਂ ਦਿਖਾ ਰਹੇ ਹੋ ਮੈਨੂੰ, ਇਹ ਕੀ ਚੀਜ਼ ਹੈਗੀ ਆ? ਇਹ ਟਾਵਰ ਬ੍ਰਿਜ ਹੈਗਾ ਆ। ਅੱਛਾ ਜੀ। ਹਾਂਜੀ, ਉੱਧਰ ਟਾਵਰ ਆਫ ਲੰਡਨ ਹੈਗਾ ਆ। ਅੱਛਾ ਜੀ। HM ਸ਼ਿਪ ਹੈਗੀ ਆ ਰਿਵਰ 'ਚ, ਪਰਮਾਨੈਂਟ ਇੱਥੇ ਖੜ੍ਹੀ ਹੁੰਦੀ ਆ। ਅੱਛਾ ਜੀ। ਉਹ ਵਾਲੀ ਹੈਗੀ ਸਕਾਈ ਗਾਰਡਨ ਬਿਲਡਿੰਗ ਹੈਗੀ ਆ। ਅੱਛਾ ਜੀ, ਬਿਲਡਿੰਗ। ਇੱਧਰ ਆ ਸ਼ਾਰਟ ਬਿਲਡਿੰਗ ਹੈਗੀ ਆ, ਇਹਦੇ ਨਾਲ ਮੈਟਰੋ ਸਟੇਸ਼ਨ ਹੈਗੀ ਆ। ਅੱਛਾ, ਇਹ ਮੈਟਰੋ ਸਟੇਸ਼ਨ ਹੈ ਜੀ? ਹਾਂਜੀ ਹਾਂਜੀ, ਲੰਡਨ ਬ੍ਰਿਜ ਮੈਟਰੋ। ਦੇਖੋ ਜੀ, ਇਹ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੀ, ਇਹ ਮੈਟਰੋ ਸਟੇਸ਼ਨ ਦੀਆਂ ਹੈਗੀਆਂ, ਜਿਹੜਾ ਲੰਡਨ ਬ੍ਰਿਜ ਦੇ ਕੋਲ ਜਿਹੜਾ ਮੈਟਰੋ ਸਟੇਸ਼ਨ ਬਣਿਆ ਹੋਇਆ, ਉਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਜੀ ਉਸ ਮੈਟਰੋ ਸਟੇਸ਼ਨ ਦੀ। ਸੋ ਬੜੀ ਕਹਿਣੀ ਗੱਲ ਔਖੀ ਹੈ ਵੀ ਇੰਨੀ ਮਿਹਨਤ, 5.5 ਸਾਲ ਤੋਂ ਬਾਅਦ ਜਿਹੜੀ ਮਿਹਨਤ ਕੀਤੀ ਹੈ ਇਸ ਨੌਜਵਾਨ ਨੇ, ਲੁਧਿਆਣਾ ਦੇ ਇਸ ਨੌਜਵਾਨ ਨੇ ਗੁਰਦੀਪ ਸਿੰਘ ਨੇ, ਤੋ ਬਹੁਤ ਹੀ ਇੱਕ ਜਿਹੜਾ ਕੰਮ ਹੈਗਾ, ਇੱਕ ਬੜੇ ਹਾਈਲੀ ਕੁਆਲੀਫਾਈਡ ਜਿਹੜੇ ਇੰਜੀਨੀਅਰ ਹੁੰਦੇ ਆ, ਇਹ ਉਹਨਾਂ ਦਾ ਕੰਮ ਹੁੰਦਾ, ਤਾਂ ਜਿਹੜੇ ਕਾਫੀ ਇਹਨੂੰ ਜਿਹੜੀ ਮਾਡਲ ਤਿਆਰ ਕਰਨ ਵਾਸਤੇ ਕਾਫੀ ਲਾਗਤ ਵੀ ਲੱਗਦੀ। ਜੋ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਾਂ, ਕਿੰਨਾ ਕੁ ਖਰਚਾ ਆਇਆ? ਭਾਅ ਜੀ, 50,000 ਦੇ ਸਮਥਿੰਗ ਆਇਆ ਹੋਣਾ, ਥੋੜ੍ਹਾ ਉੱਪਰ ਥੱਲੇ ਹੋ ਗਿਆ ਹੋਣਾ, ਕਦੇ ਗੈਸ ਨਹੀਂ ਕੀਤਾ ਕਿ ਵੀ ਇੰਨਾ ਹੋਣਾ, ਜਾਂ ਮੈਂ ਖਰਚਾ ਕਦੇ ਕੀਤਾ ਕਿ ਵੀ ਖਰਚਾ ਆਉਂਗੇ ਇੱਥੇ, ਬਸ ਸ਼ੌਂਕ ਸੀ ਬਣਾਉਣ ਦਾ ਤਾਂ ਬਣਾ ਤਾ। ਕਦੀ ਘਰਦਿਆਂ ਨੇ ਪੁੱਛਿਆ ਵੀ ਇਹ
कि कि कमां 'च पै गया भी काम तुहाडा बिजनेस है ठीक है ये काम तुसीं इन्ने पैसे खर्च ते कदी रुकिया नहीं कोई माड़ी मोटी नोक चोक नहीं करी नहीं माड़ा मोटा कहिंदे सी भी आ टाइम वेस्ट कर रहे हैं कोई फायदा है नहीं ਚਲੋ ਕੁਛ ਨਹੀਂ ਕਿਹਾ ਹੈਗਾ ਜਦੋਂ ਮੈਂ ਕੰਪਲੀਟ ਕੀਤਾ ਹਾਂਜੀ ਹਾਂਜੀ ਹੁਣ ਤਾਂ ਸਪੋਰਟ ਦਿੰਦੇ ਹਨ ਪੂਰੀ ਸਪੋਰਟ ਹੈਗੀ ਪੈਸਾ ਲੱਗਾ ਪਿਆ 8000 ਰੁਪਿਆ ਉਹ ਵਿਅਰਥ ਨਹੀਂ ਗਿਆ ਲੋਕ ਆ ਕੇ ਪੁੱਛਦੇ ਆ ਔਰ ਤਾਰੀਫ ਕਰਦੇ ਆ ਹਾਂਜੀ ਹਾਂਜੀ ਫੁੱਲ ਸਪੋਰਟ ਮਿਲਦੀ ਹੈ ਸੋਸ਼ਲ ਮੀਡੀਆ 'ਤੇ ਸਪੋਰਟ ਮਿਲਦੀ ਫੁੱਲ ਜਿਸ ਤਰ੍ਹਾਂ ਚਲੋ ਮੈਂ ਵਾਰ ਵਾਰ ਗੱਲ ਕਰ ਰਿਹਾ ਵੀ ਤੁਹਾਡੀ ਕੁਆਲੀਫਿਕੇਸ਼ਨ ਜ਼ਿਆਦਾ ਨਹੀਂ ਹੈ ਲੇਕਿਨ ਇਹ ਮੈਂ ਵਾਰ ਵਾਰ ਫਿਰ ਗੱਲ ਤੁਸੀਂ ਮੈਂ ਸੁਣਿਆ ਤੁਸੀਂ ਪਹਿਲਾਂ ਕੋਈ ਚੀਜ਼ ਬਣਾਈ ਸੀ ਕੀ ਬਣਾਇਆ ਸੀ ਮੈਂ ਇਸ ਤੋਂ ਪਹਿਲਾਂ ਵੀ ਇੱਕ ਮਾਡਲ ਬਣਾਇਆ ਮੋਹਾਲੀ ਦਾ ਕ੍ਰਿਕਟ ਸਟੇਡੀਅਮ ਹੈਗਾ ਹੈ ਅੱਛਾ ਅਭੀ ਤੁਹਾਨੂੰ ਮੈਂ ਫੋਟੋ ਦਿਖਾ ਦਿੰਦਾ ਹੈਗੀ ਸੋ ਦੇਖੋ ਤਸਵੀਰਾਂ ਦੇਖੋ ਜੀ ਜਿਹੜੇ ਇਸ ਸ਼ਖਸ ਨੇ ਇਸ ਤੋਂ ਪਹਿਲਾਂ ਜਿਹੜਾ ਮੋਹਾਲੀ ਦਾ ਪੀ ਸੀ ਯਾਨੀ ਕਿ ਜਿਹੜਾ ਕ੍ਰਿਕਟ ਮੈਦਾਨ ਜਿਹੜਾ ਉੱਥੇ ਦਾ ਹੈਗਾ ਜਿਹੜਾ ਮੋਹਾਲੀ ਦੇ ਵਿੱਚ ਉਹ ਖੁਦ ਤਿਆਰ ਕੀਤਾ ਸੀ ਔਰ ਕਾਬਿਲ ਤਾਰੀਫ ਹੈ ਤੁਸੀਂ ਤਸਵੀਰਾਂ ਦੇਖਿਓ ਜਿਹੜੇ ਆ ਮਾਡਲ ਬਣਾਇਆ ਸੀ ਲੜਕੇ ਨੇ ਕਾਬਿਲ ਤਾਰੀਫ ਹੈਗਾ ਕਿੰਨੀ ਟਾਈਮ ਲੱਗਾ ਸੀ ਬਣਾਉਣ ਭਾਅ ਜੀ ਇਹਨੂੰ ਤਾਂ ਥੋੜ੍ਹਾ ਟਾਈਮ ਹੀ ਲੱਗਿਆ ਸੀ ਜੀ 6-7 ਮਹੀਨੇ ਲੱਗੇ ਸੀ ਅੱਛਾ ਅਤੇ 6-7 ਸਾਲ ਪਹਿਲਾਂ ਬਣਾਇਆ ਸੀ ਉਹ ਜਗ੍ਹਾ ਥੋੜ੍ਹਾ ਪ੍ਰੋਬਲਮ ਕਾਰਨ ਵੇਸਟ ਹੋ ਗਈ ਭਾਅ ਜੀ ਇੱਥੇ ਤਾਂ ਥੋੜ੍ਹਾ ਹੀ ਆਇਆ ਸੀ ਭਾਅ ਜੀ ਇਹਨੂੰ ਦੁਬਾਰਾ ਬਣਾਉਣ ਦੀ ਹੈਗੀ ਵੀ ਆਪਾਂ ਦੁਬਾਰਾ ਬਣਾ ਸਕਦੇ ਸੋ ਹੁਣ ਮਾਇੰਡ 'ਚ ਆ ਤਾਂ ਰਿਹਾ ਵੀ ਮੈਂ ਦੁਬਾਰਾ ਬਣਾਵਾਂ ਆ ਚੀਜ਼ ਹੁਣ ਤਾਂ ਜਗ੍ਹਾ ਵੀ ਹੈਗੀ ਮੇਰੇ ਕੋਲ ਅਤੇ ਸੋ ਉਮੀਦ ਕਰਨਾ ਦੁਬਾਰਾ ਬਣਾਉਂਗੇ ਕਿਹੜੇ ਕਿਹੜੇ ਤੁਸੀਂ ਕੰਟਰੀ ਘੁੰਮੇ ਆ ਲੰਡਨ ਤੁਸੀਂ ਕਹਿੰਦੇ ਮੈਂ ਨਹੀਂ ਗਿਆ ਲੰਡਨ ਇੱਛਾ ਹੈਗੀ ਜਾਣ ਦੀ ਲੇਕਿਨ ਗਏ ਨਹੀਂ ਜਾਂ ਇੱਛਾ ਜ਼ਰੂਰ ਹੈਗੀ ਹੈ ਹੋਰ ਤੁਸੀਂ ਕਿਹੜੇ ਕੰਟਰੀ ਘੁੰਮੇ ਭਾਅ ਜੀ ਮੈਂ ਰਸ਼ੀਆ ਹੈਗਾ ਦੁਬਈ ਹੈਗੀ ਹੈ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਅਤੇ ਮਸਕਟ ਹੈਗੀ ਇਹ ਮੈਂ ਟਰੈਵਲ ਕੀਤਾ ਹੋਇਆ ਹੋਰ ਤੁਸੀਂ ਦੁਬਈ ਦੀ ਗੱਲ ਕੀਤੀ ਬੁਰਜ ਖਲੀਫਾ ਹੈਗਾ ਠੀਕ ਹੈ ਹੋਰ ਤੁਸੀਂ ਜਿਹੜੀ ਗੱਲ ਕੀਤੀ ਹੈ ਠੀਕ ਹੈ ਹੋਰ ਕੰਟਰੀ ਤੁਸੀਂ ਉਹ ਰਸ਼ੀਆ ਦੇ ਵੀ ਇੰਨੇ ਵੱਡੇ ਮੂਮੈਂਟ ਉਹਦੇ ਬਹੁਤ ਵੱਡੇ ਟੋਮਸ ਬਣੇ ਹੁੰਦੇ ਜਿਹੜੇ ਬਣੇ ਆ ਤੁਸੀਂ ਉਹ ਚੀਜ਼ਾਂ ਕਿਉਂ ਬਣਾਈ ਇਹ ਲੰਡਨ ਤੁਸੀਂ ਕਿਉਂ ਖਾਸ ਇਹ ਚੀਜ਼ ਕਿਉਂ ਬਣਾਈ ਹੈ ਡੈਸਟੀਨੇਸ਼ਨ ਹੈਗੀ ਮੇਰੀ ਸ਼ੁਰੂ ਤੋਂ ਹੀ ਜਿਵੇਂ ਲੰਡਨ ਹੀ ਜਾਣਾ ਹੈਗਾ ਲੰਡਨ ਤੁਸੀਂ ਕਿਉਂ ਨਹੀਂ ਗਏ ਬਾਕੀ ਜਗ੍ਹਾ ਤੁਸੀਂ ਇੰਨੇ ਕੰਟਰੀ ਘੁੰਮੇ ਤਾਂ ਉੱਥੇ ਕਿਉਂ ਨਹੀਂ ਗਏ ਬਸ ਭਾਅ ਜੀ ਹਲੇ ਦੇਖਦੇ ਹਾਂ ਹੁਣ ਬਣਾਉਂਦੇ ਹਾਂ ਵੀਜ਼ਾ ਨਹੀਂ ਮਿਲਿਆ ਕਿ ਵੈਸੇ ਨਹੀਂ ਭਾਅ ਜੀ ਮੈਂ ਅਪਲਾਈ ਨਹੀਂ ਕੀਤਾ ਹੈਗਾ ਹਲੇ ਤੱਕ ਤੁਸੀਂ ਲੋਕਾਂ ਨੂੰ ਤਾਂ ਬਿਨਾਂ ਪਾਸਪੋਰਟ 'ਤੇ ਤਾਂ ਆਹ ਲੰਡਨ ਪੂਰਾ ਅਸੀਂ ਘੁੰਮਾ ਤਾ ਹਾਂਜੀ ਹਾਂਜੀ ਉਹ ਤਾਂ ਬਸ ਭਾਅ ਜੀ ਮੇਰਾ ਡਰੀਮ ਸੀ ਕਿ ਮੈਂ ਬਣਾਵਾਂ ਬਈ ਆਪਣੇ ਅੱਖਾਂ ਸਾਹਮਣੇ ਬਣਾ ਮਾਡਲ ਆਪਣੇ ਅੱਖਾਂ ਦੇ ਸਾਹਮਣੇ ਰਹੇ ਲੰਡਨ ਕਦੋਂ ਜਾਣਾ ਬਟ ਨਹੀਂ ਜਾਣਾ ਮਾਡਲ ਬਣਾ ਕੇ ਆਪਣੇ ਅੱਖਾਂ ਅੱਗੇ ਰੱਖਾਂ ਯਾਰ ਦੋਸਤ ਮੁਹੱਲੇ ਵਾਲੇ ਰਿਸ਼ਤੇ ਇਹਨੂੰ ਦੇਖਣ ਆਉਂਦੇ ਕੁਛ ਕਹਿੰਦੇ ਹਾਂਜੀ ਹਾਂਜੀ ਬਹੁਤ ਵਧੀਆ ਸਾਰੇ ਮਿਲਦੇ ਹਨ ਕਿ ਤੂੰ ਲੰਡਨ ਬਣਾਇਆ ਹਾਲੇ ਕਿਸੇ ਨੂੰ ਪਤਾ ਨਹੀਂ ਹੈਗਾ ਹੁਣ ਜਦੋਂ ਦੇਖਦੇ ਹਨ ਕਿ ਤੂੰ ਬਣਾਇਆ ਹੈਗਾ ਕੋਈ ਯਕੀਨ ਨਹੀਂ ਕਰਦਾ ਵੀ ਤੂੰ ਬਣਾਇਆ ਹੈਗਾ ਅਤੇ ਵਧੀਆ ਸਪੋਰਟ ਦਿੰਦੇ ਹਨ ਮੈਨੂੰ ਇੱਕ ਖਾਸ ਚੀਜ਼ ਦੇਖੋ ਕੀ ਖਾਸ ਇਹ ਚੀਜ਼ ਮੈਨੂੰ ਤੁਸੀਂ ਦੱਸੋ ਵਿੱਚ ਇਹ ਮਾਡਲ 'ਚ ਖਾਸ ਕੋਈ ਚੀਜ਼ ਦਾ ਦੱਸੋ ਬੜੀ ਮੈਨੂੰ ਖਾ ਇਹ ਮੈਨੂੰ ਇੱਕ ਗੱਲ ਦੱਸੋ ਇਹ ਪਾਣੀ ਰੰਗ ਕਿੱਦਾਂ ਦਾ ਹੈਗਾ ਭਾਅ ਜੀ ਉੱਥੇ ਟਾਈਮਸ 'ਚ ਵੀ ਇਹੀ ਰਿਵਰ 'ਚ ਇਹੀ ਸੇਮ ਪਾਣੀ ਹੈਗਾ ਅਤੇ ਉਹਦਾ ਵੀ ਇੱਦਾਂ ਹੀ ਮੈਂ ਸੇਮ ਇੱਥੇ ਹੀ ਰੱਖਿਆ ਹੈਗਾ ਸੇਮ ਪਾਣੀ ਹਾਂਜੀ ਹਾਂਜੀ ਕਲਰ ਚੇਂਜ ਨਹੀਂ ਕੀਤਾ ਹਾਂਜੀ ਕਲਰ ਉੱਥੇ ਵੀ ਇਹੀ ਹੈਗਾ ਕੀ ਕਲਰ ਹਾਂਜੀ ਬਟ ਮੇਰਾ ਕਲਰ ਹਾਂਜੀ ਮਿੱਟੀ ਰੰਗਾ ਕਹਿ ਲਓ ਹੋਰ ਮੈਨੂੰ ਦੱਸੋ ਖਾਸੀਅਤ ਮਾਡਲ ਦੇ ਦੱਸੋ ਕਿਹੜੀ ਕੀ ਚੀਜ਼ ਇੱਦਾਂ ਦੀ ਖਾਸ ਜਿਹੜੀ ਹੈਗੀ ਦੱਸੋ ਭਾਅ ਜੀ ਆਹ ਹੈਗਾ ਟਾਵਰ ਆਫ ਲੰਡਨ ਹੈਗਾ ਫੇਮਸ ਹੈਗਾ ਉੱਥੇ ਯਾਨੀ ਕਿ ਇੱਥੇ ਜ਼ਿਆਦਾ ਆਉਂਦੇ ਉੱਥੇ ਤਾਂ ਮੰਨਿਆ ਜਾਂਦਾ ਫੇਮਸ ਚੀਜ਼ ਉਹ ਵਾਲੀ ਸਕਾਈ ਬਿਲਡਿੰਗ ਹੈਗੀ ਆ ਨਿਊ ਬਣੀ ਹੈਗੀ ਆ 2018 ਦੇ ਸਮਥਿੰਗ ਬਣੀ ਹੈਗੀ ਆ ਉਸ ਤੋਂ ਬਾਅਦ ਆ ਸ਼ਾਰਟ ਬਿਲਡਿੰਗ ਹੈਗੀ ਆ ਇਹ ਵੀ ਸਭ ਤੋਂ ਉੱਚੀ ਮੈਟਰੋ ਸਟੇਸ਼ਨ ਹਾਂ ਲੰਡਨ ਦੀ ਜਾਂ ਹਾਂਜੀ ਆ ਮੈਟਰੋ ਸਟੇਸ਼ਨ ਦੇ ਕੋਲ ਹੀ ਹੈਗੀ ਆ ਇਹ ਵੀ ਉਸ ਜਗ੍ਹਾ 'ਤੇ ਹੈਗੀ ਆ ਫੇਮ ਤੁਸੀਂ ਦੱਸੋ ਕੀ ਇਹਨੂੰ ਬਣਾਉਣ ਵਾਸਤੇ ਕੀ ਤੁਸੀਂ ਮਟੀਰੀਅਲ ਦਾ ਯੂਜ਼ ਕੀਤਾ ਭਾਅ ਜੀ ਇਹ 'ਚ ਜ਼ਿਆਦਾਤਰ ਤਾਂ ਗੱਤਾ ਯੂਜ਼ ਹੋਇਆ ਪਲਾਸਟਿਕ ਵੀ ਹੋਈ ਹੈ ਫੈਦਰ ਵੀ ਹੋਈ ਆ ਬਾਕੀ ਉਹ ਰੀਵਰ ਦੇ ਵਿੱਚ ਲੋਹਾ ਯੂਜ਼ ਹੋਇਆ ਅਤੇ ਨੀਚੇ ਲੱਕੜ ਹੈਗੀ ਹੈ ਬਾਕੀ ਆਲਮੋਸਟ ਗੱਤਾ ਹੈ ਸੋ ਲੁਧਿਆਣਾ ਦਾ ਗੁਰਦੀਪ ਸਿੰਘ ਜਿਸਨੇ ਲੰਡਨ ਦਾ ਜਿਹੜਾ ਆ ਬ੍ਰਿਜ ਹੈਗਾ ਬੜਾ ਫੇਮਸ ਹੈ ਔਰ ਬਣਾਇਆ ਔਰ ਕਾਬਿਲ ਤਾਰੀਫ ਹੈ ਮੈਂ ਤੁਹਾਨੂੰ ਗੱਲ ਦੱਸ ਰਿਹਾ ਕੁਆਲੀਫਿਕੇਸ਼ਨ ਦੀ ਗੱਲ ਦੱਸ ਰਿਹਾ ਮੈਂ ਕੁਆਲੀਫਿਕੇਸ਼ਨ ਜ਼ਰੂਰੀ ਨਹੀਂ ਹੈ ਬੰਦੇ ਦੀ ਇੱਕ ਦਿਮਾਗ ਦੀ ਸੋਚ ਕੁਛ ਕਰਨ ਦੀ ਜਿਹੜੀ ਰੁਚੀ ਹੈ ਉਹ ਇਸ ਲੁਧਿਆਣਾ ਦੇ ਗੁਰਦੀਪ ਸਿੰਘ ਦੇ ਕੋ ਲੋਕਾਂ ਨੂੰ ਸਿੱਖਣੀ ਚਾਹੀਦੀ ਵੀ ਇਸ ਨੌਜਵਾਨ ਕੋ ਜਿਸਨੇ ਇਸ ਮਾਡਲ ਨੂੰ ਬਣਾਉਣ 'ਚ ਤੁਸੀਂ ਦੇਖੋ 5.5 ਸਾਲ ਕਹਿਣਾ ਆਸਾਨ ਨਹੀਂ ਹੈ ਵੀ 5.5 ਸਾਲ ਦੇ ਵਿੱਚ ਇਸ ਮਾਡਲ ਨੂੰ ਤਿਆਰ ਕੀਤਾ ਔਰ ਕਾਬਿਲ ਤਾਰੀਫ ਹੈ ਤੋ ਘਰ ਦੇ ਸਦੱਸ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰਾਂਗਾ ਪਹਿਲਾਂ ਸਭ ਤੋਂ ਪਹਿਲਾਂ ਉਹਨੇ ਫਾਦਰ ਸਾਹਿਬ ਨਾਲ ਵੀ ਜਿਹੜੇ ਫਾਦਰ ਸਾਹਿਬ ਬੈਠੇ ਉਹਨਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਤੁਹਾਡੇ ਬੇਟੇ ਨੇ ਇੱਕ ਬਹੁਤ ਵੱਡਾ ਵਧੀਆ ਮਾਡਲ ਬਣਾਇਆ ਹੈ, 5.5 ਸਾਲ ਲੱਗੇ, ਕਦੀ ਤੁਸੀਂ ਕੀ ਪਹਿਲਾਂ ਦੱਸੋ ਕਹਿਣਾ ਕੀ ਚਾਹੁੰਦੇ? ਨਹੀਂ ਨਹੀਂ ਕੁਛ ਨਹੀਂ ਕਹਿਣਾ, ਕਿ ਲੱਗਾ ਰਹਿੰਦਾ ਇਹ ਕੰਮ ਵੀ ਕਰਦਾ ਸਾਰਾ ਦਿਨ, ਰਾਤ ਨੂੰ ਆ ਕੇ ਕੰਮ 12-1 ਵਜੇ ਤੱਕ ਬਣਾਉਂਦਾ ਸੀ। ਤੁਸੀਂ ਟੋਕਿਆ ਨੇ ਕੀ ਕਰੀ ਜਾਂਦਾ ਤੂੰ ਇੰਨੇ? ਪਹਿਲਾਂ ਕਹਿੰਦੇ ਵੀ ਕੀ ਤੂੰ ਐਵੇਂ ਲੱਗਿਆ ਚੱਕਰ ਕੀ ਮਿਲਣਾ ਇਹਨੂੰ, ਪਰ ਫਿਰ ਬਣਾਉਣ ਲੱਗ ਪਿਆ, ਫਿਰ ਆਪਾਂ ਕਿਹਾ ਹੀ ਕੁਛ, ਹੁਣ ਵਧੀਆ ਬਣਾ ਦਿੱਤਾ, ਤਿਆਰ ਕਰਦਾ ਪੈਸੇ ਤੇ ਆਪ ਹੀ ਕਮਾਉਂਦੇ ਨੇ, ਆਪ ਹੀ ਲਾਉਂਦੇ ਨੇ ਆਪਾਂ ਤੇ। ਹਾਂਜੀ ਹਾਂਜੀ ਆਪਾਂ ਤੇ ਤਾਇਆ ਜੀ ਮੌਜੂਦ ਹੈ ਮੇਰੇ ਕੋਲ, ਇਹਨਾਂ ਦੇ ਕਿੱਸਾ ਲੱਗ ਰਿਹਾ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਮਿਹਨਤ ਹੈਗੀ ਹੈ ਕਿ ਆਪਣੀਆਂ ਬੁਲੰਦੀਆਂ ਨੂੰ ਛੋਣਗੇ ਅਤੇ ਸਾਡੇ ਬੱਚੇ ਬੜੇ ਹੀ ਲਾਇਕ, ਨਾ ਕੋਈ ਨਸ਼ਾ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਯੂਜ ਨਹੀਂ ਕਰਦੇ। ਬੜੀ ਹੀ ਖੁਸ਼ੀ ਦੀ ਗੱਲ ਇਹ ਸਾਨੂੰ ਕਿ ਆਪਣੀ ਮਿਹਨਤ ਕਰਕੇ ਆਪਣਾ ਟਾਈਮ ਵਧੀਆ ਪਾਸ ਕਰਦੇ ਪਏ ਨੇ। ਅਤੇ ਅਸੀਂ ਕਹਾਵਤਾਂ ਬੜੀਆਂ ਤੁਸੀਂ ਵੀ ਸੁਣੀਆਂ, ਅਸੀਂ ਵੀ ਸੁਣੀਆਂ ਸੀ, ਹੋਣ ਹਾਰ ਵਿਵਾਨ ਕੇ ਹੋ ਚਿਕਨੇ ਪਾਰ, ਲੱਗਦਾ ਵੀ ਇਹ ਬਾਕੀ ਇਸ ਲੜਕੇ ਤੁਹਾਡੇ ਭਤੀਜੇ ਗੁਰਦੀਪ ਸਿੰਘ ਦੇ ਬਿਲਕੁਲ ਢੁੱਕਵੀਂ। ਮੈਂ ਨਾ ਦੇਖੋ ਮੈਟ੍ਰਿਕ ਪਾਸ ਤੇ ਅੱਜ ਕੱਲ੍ਹ ਅਨਪੜ੍ਹ ਹੀ ਸਮਝ ਲਓ ਤੁਸੀਂ, ਤਾਂ ਵੀ ਕੋਈ ਕਹਿਣਾ ਕਥਨ ਨਹੀਂ ਹੈਗੀ, ਤੇ ਏਦਾਂ ਦਾ ਮਾਡਲ ਬਣਾਉਣਾ ਕਿਸੇ ਇੰਜੀਨੀਅਰ ਵਾਸਤੇ ਵੀ ਸੌਖੀ ਗੱਲ ਨਹੀਂ। ਬਿਲਕੁਲ ਬਰੀਕ, ਇੰਨਾ ਬਰੀਕ ਕੰਮ ਕੀਤਾ ਹੋਇਆ ਨਾ ਜਿਹੜਾ ਕਿ ਬਹੁਤ ਹੀ ਜ਼ਿਆਦਾ। ਅਤੇ ਅਸੀਂ ਤਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਨੇ ਸੱਚੇ ਪਾਤਸ਼ਾਹ ਜੋ ਇਹਨਾਂ ਦੀਆਂ ਮਨਾਂ ਦੀਆਂ ਇੱਛਾ ਨੇ ਉਹ ਪੂਰੀਆਂ ਕਰੇ, ਅਤੇ ਅਸੀਂ ਵੀ ਕੁਛ ਆਪਣੀ ਜ਼ਿੰਦਗੀ 'ਚ ਇਹਨਾਂ ਦੇ ਸੁੱਖ ਦੇਖ ਸਕੀਏ ਅਤੇ ਆਪਣਾ ਅਗਲਾ ਜੀਵਨ ਵਧੀਆ ਬਤੀਤ ਕਰ ਸਕੀਏ। ਬੜੀ ਪਰਿਵਾਰ 'ਚ ਬੜੀ ਖੁਸ਼ੀ ਦਾ ਮਾਹੌਲ ਹੈਗਾ, ਉਹਨਾਂ ਦੇ ਇੱਕ ਵੱਡੇ ਤਾਇਆ ਜੀ ਦੇ ਵੱਡੇ ਭਰਾ ਖੜੇ, ਮੈਂ ਗੱਲ ਕਿਸਾਨ ਲੱਗ ਰਿਹਾ ਵੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬੜੇ ਪ੍ਰਾਊਡ ਮੂਮੈਂਟਸ ਨੇ ਫੈਮਿਲੀ ਵਾਸਤੇ ਜੀ। ਸੋਸ਼ਲ ਮੀਡੀਆ 'ਤੇ ਕਾਫੀ ਇਹਦੀ ਵੀਡੀਓ ਵਾਇਰਲ ਹੋ ਰਹੀ ਹੈ, ਅਤੇ ਇਹਦਾ ਬਚਪਨ ਦਾ ਹੀ ਸ਼ੌਂਕ ਸੀਗਾ ਜੀ, ਮੈਂ ਲੰਡਨ ਜਾਣਾ ਹੈਗਾ ਜੀ। ਤੁਸੀਂ ਦੇਖ ਸਕਦੇ ਹੋ ਵੀ ਇਹਨੇ ਆਪਣੇ ਬੈੱਡ ਦੇ ਬਿਲਕੁਲ ਸਾਹਮਣੇ ਲੰਡਨ ਦਾ ਫਲੈਗ ਵੀ ਲਾਇਆ ਹੋਇਆ ਜੀ, ਅਤੇ ਆਲ ਓਵਰ ਜਿਹੜੀ ਇਹਨੇ ਜਿਹੜੀ ਬਾਉਂਡਰੀ ਕੀਤੀ ਆਪਣੇ ਮਾਡਲ ਦੇ ਉਹ ਵੀ ਲੰਡਨ ਦੀ ਹੋਈ ਹੋਈ ਜੀ, ਹੈ ਨਾ। ਅਤੇ ਬੜਾ ਵਧੀਆ ਲੱਗਦਾ ਜੀ, ਹੁਣ ਲੋਕ ਸਾਨੂੰ ਪੁੱਛਦੇ ਨੇ ਵੀ ਹਾਂ ਵੀ ਯਾਰ ਤੇਰਾ ਬ੍ਰਦਰ ਹੈਗਾ ਆ। ਅੱਜ ਮੈਨੂੰ ਈਵਨ ਆਸਟ੍ਰੇਲੀਆ ਤੋਂ ਫੋਨ ਆਇਆ ਇੱਕ ਜੀ, USA ਤੋਂ ਕਾਲ ਆਈ ਮੈਨੂੰ ਵੀ ਇਹ ਕੌਣ ਮੁੰਡਾ ਹੈਗਾ, ਮੈਂ ਕਿਹਾ ਇਹ ਆਪਣਾ ਗੁਰਦੀਪ ਸਿੰਘ ਹੈਗਾ, ਇਹਨੂੰ ਬੇਸਿਕਲੀ ਸਾਰੇ ਦੀਪ ਕਹਿੰਦੇ ਨੇ, ਹੈ ਨਾ। ਅਤੇ ਉਹ ਕਹਿੰਦੇ ਯਾਰ ਵੀ ਇੰਪੋਸੀਬਲ ਆ ਵੀ, ਇਟ ਇਜ਼ ਹਾਰਡ ਟੂ ਬਲੀਵ ਵੀ ਇਹਨੇ ਇਹ ਚੀਜ਼ ਬਣਾਤੀ ਹੈਗੀ ਹੈ, ਅਤੇ ਬਹੁਤ ਜਾਣੀ ਕਿ ਫਖਰ ਮਹਿਸੂਸ ਹੁੰਦਾ ਸਾਨੂੰ ਆਪਣੇ ਬ੍ਰਦਰ 'ਤੇ ਜੀ। ਸੋ ਬਾਹਰੋਂ ਫੋਨ ਆਉਂਦੇ ਆ, ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ, ਮੁਹੱਲੇ ਵਾਲੇ ਯਾਰ ਦੋਸਤ ਜਿਹੜੇ ਉਸ ਸ਼ਖਸ ਜਾਣੀ ਕਿ ਗੁਰਦੀਪ ਸਿੰਘ ਨੂੰ ਨਾ ਮਾਤਰ ਹੀ ਜਾਣਦੇ ਹੋਣ, ਲੇਕਿਨ ਅੱਜ ਇਸ ਮਾਡਲ ਨੇ ਜਿਹੜਾ ਲੰਡਨ ਦਾ ਮਾਡਲ ਬਣਾਇਆ, ਉਸ ਮਾਡਲ ਕਰਕੇ ਇਸ ਲੁਧਿਆਣਾ ਦੇ ਗੁਰਦੀਪ ਸਿੰਘ ਦੀ ਜਿਹੜੀ ਇਸ ਟਾਈਮ ਸ਼ਹਿਰ 'ਚ ਚਰਚਾ ਵੀ ਹੋ ਰਹੀ ਹੈ, ਇੱਥੋਂ ਤੱਕ ਕਿ ਵਿਦੇਸ਼ਾਂ 'ਚੋਂ ਵੀ ਘਰਦਿਆਂ ਨੂੰ ਯਾਰ ਦੋਸਤਾਂ ਨੂੰ ਫੋਨ ਆ ਰਿਹਾ। ਸੋ ਵਾਪਸ ਚੱਲਦਾ ਮੈਂ ਗੁਰਦੀਪ ਸਿੰਘ ਕੋ, ਪੁੱਛੂੰਗਾ ਫਿਊਚਰ ਵਾਸਤੇ। ਗੁਰਦੀਪ ਸਿੰਘ ਜੀ ਮੈਂ ਦੱਸੋ ਅੱਗੇ ਤੁਸੀਂ ਕੀ ਸੋਚਿਆ, ਕੀ ਗਾਣਾ ਔਰ ਕੀ ਤੁਹਾਡੇ ਖਿਆਲ, ਤੁਹਾਡੇ ਕੀ ਇੱਛਾ ਅੱਗੇ? ਭਾਅ ਜੀ ਫਿਊਚਰ ਤਾਂ ਮੇਰਾ ਡ੍ਰੀਮ ਤਾਂ ਲੰਡਨ ਦਾ ਹੀ ਹੈ ਕਿ ਮੈਂ ਲੰਡਨ ਜਾ ਕੇ ਰਵਾਂ। ਤੁਹਾਡੀ ਸੂਈ ਉੱਥੇ ਅੜਕੀ ਹਜੇ ਵੀ, ਲੰਡਨ ਜਾਣਾ ਹੀ ਜਾਣਾ? ਹਾਂਜੀ ਹਾਂਜੀ, ਮੇਰੀ ਬਚਪਨ ਤੋਂ ਆ ਅਤੇ ਰੋਜ਼ਾਨਾ ਵੀ, ਹਾਂਜੀ ਲਾਸਟ ਤੱਕ ਉੱਥੇ ਡੈਸਟੀਨੇਸ਼ਨ 'ਤੇ ਜਾ ਕੇ ਰੁਕੂੰਗੀ। ਬੱਚੇ ਵੀ ਇਸ ਤੋਂ ਬਾਅਦ ਤੁਸੀਂ ਕੀ ਸੋਚਿਆ ਕੁਛ ਹੋਰ ਬਣਾਉਣ ਦੀ, ਤੁਹਾਡੇ ਮਨ 'ਚ ਕੋਈ ਖਿਆਲ ਆ? ਹਾਂਜੀ, 2-3 ਬਿਲਡਿੰਗਾਂ ਹੈਗੀਆਂ ਹੋਰ ਵੀ ਉੱਥੇ ਬਣ ਰਹੀਆਂ ਹੈਗੀਆਂ, ਸੋਚਦਾ ਵੀ ਉਹਨੂੰ ਵੀ ਨਾਲ ਹੀ ਕੰਪਲੀਟ ਕਰਦਾ, ਬਣਾਇਆ ਤਾਂ ਹੈਗਾ ਜੀ। ਲੰਡਨ ਤੋਂ ਹੈ ਜਿਹੜਾ ਤੁਸੀਂ ਮਾਡਲ, ਇਸ ਤੋਂ ਇਲਾਵਾ ਕੋਈ ਹੋਰ ਮਾਡਲ ਤੁਹਾਡੇ ਦਿਮਾਗ 'ਚ ਗੱਲ ਆ ਰਹੀ ਵੀ ਹੋਰ ਇਹਨੂੰ ਤਿਆਰ ਕਰ? ਹਾਲੇ ਤਾਂ ਭਾਅ ਜੀ ਇਹੀ ਮਾਇੰਡ 'ਚ ਹੈਗਾ ਵੀ ਹਲੇ ਇਹੀ ਕੰਪਲੀਟ ਕੀਤਾ, ਅੱਗੇ ਦੇਖਦੇ ਹਾਂ ਕੀ ਮਾਇੰਡ 'ਚ ਆਉਂਦਾ। ਜਾਂਦੇ ਜਾਂਦੇ ਮੈਨੂੰ ਇੱਕ ਉਹਨਾਂ ਨੌਜਵਾਨਾਂ ਵਾਸਤੇ ਕੁਛ ਇੱਦਾਂ ਦਾ ਸੰਦੇਸ਼ਾ ਜਿਹੜੇ ਘੱਟ ਪੜ੍ਹੇ ਲਿਖੇ ਆ ਔਰ ਉਸੇ ਕੰਮਾਂ 'ਚ ਪੈ ਜਾਂਦੇ ਜਾਂ ਆਪਣੇ ਆਪ ਨੂੰ ਥੋੜ੍ਹੀ ਗਿਲਟੀ ਵੀ ਮਹਿਸੂਸ ਕਰਦੇ ਕਿਸੇ ਵੇਲੇ ਵੀ, ਮੈਂ ਅਸੀਂ ਘੱਟ ਪੜ੍ਹੇ ਲਿਖੇ ਨਹੀਂ ਸੀ ਕੁਛ ਕਰ ਨਹੀਂ ਸਕਦੇ, ਕੀ ਸੰਦੇਸ਼ਾ ਦੇਣਾ ਚਾਹੁੰਦੇ? ਬਸ ਭਾਅ ਜੀ ਮੇਰੇ ਵੱਲ ਤਾਂ ਇਹੀ ਮੈਸੇਜ ਆਏਗਾ ਕਿ ਨਸ਼ਿਆਂ ਤੋਂ ਜਿੰਨਾ ਦੂਰ ਹੋ ਸਕੇ ਹੁੰਦਾ ਰਹੋ, ਕਿਉਂਕਿ ਪੰਜਾਬ ਦੇ ਹਾਲਾਤ ਤੁਹਾਨੂੰ ਵੀ ਪਤਾ ਬਹੁਤ ਖਰਾਬ ਹੋ ਗਏ ਹਨ, ਸਾਰੇ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਹਨ, ਅਤੇ ਮੇਰੀ ਇਹੀ ਮੈਸੇਜ ਹੈਗਾ ਕਿ ਨੌਜਵਾਨ ਵਧੀਆ ਕੰਮ ਕਰਨ ਆਪਣਾ, ਯਾਨੀ ਕਿ ਨਸ਼ੇ ਤੋਂ ਜਿੰਨਾ ਦੂਰ ਹੋ ਸਕੇ। ਸੋ ਇਹ ਸਨ ਲੁਧਿਆਣਾ ਦੇ ਨੌਜਵਾਨ ਗੁਰਦੀਪ ਸਿੰਘ, ਜਿਸ ਨੇ ਇਸ ਲੰਡਨ ਦਾ ਇੱਕ ਮਾਡਲ ਤਿਆਰ ਕੀਤਾ ਜਿਹੜਾ ਅੱਜ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਣ ਦੀ ਤੇਜ਼ੀ 'ਚ ਹੈਗਾ ਔਰ ਵਿਦੇਸ਼ਾਂ ਤੋਂ ਵੀ ਫੋਨ ਆਉਣੇ ਸ਼ੁਰੂ ਹੋ ਗਏ। ਚਰਚਾ ਦਾ ਇੱਕ ਇਹ ਬੰਦਾ ਇੱਕ ਮਿਸਾਲ ਬਣ ਰਿਹਾ ਲੁਧਿਆਣੇ ਵਿੱਚ, ਜਿਸਨੇ 5.5 ਸਾਲ ਦੀ ਅੰਤਕ ਮਿਹਨਤ 'ਤੇ ਇਸ ਮਾਡਲ ਨੂੰ ਤਿਆਰ ਕੀਤਾ ਔਰ
ਤੁਹਾਨੂੰ ਜਿੱਦਾਂ ਪਹਿਲਾਂ ਮੈਂ ਸਟਾਰਟਿੰਗ ਗੱਲ ਕੀਤੀ ਸੀ ਬਿਨਾਂ ਪਾਸਪੋਰਟ ਤੋਂ ਲੰਡਨ ਘੁੰਮਾਤਾ ਔਰ ਮੈਂ ਤਾਂ ਘੁੰਮਿਆ ਵਾਕਈ ਮੇਰੇ ਵੀ ਇੱਛਾ ਸੀ ਲੰਡਨ ਜਾਣ ਦੀ ਔਰ ਮੈਂ ਬਿਨਾਂ ਪਾਸਪੋਰਟ ਅੱਜ ਘੁੰਮ ਲਿਆ ਸੋ ਤੁਸੀਂ ਵੀ ਆਹ ਜਿਹੜਾ ਮਾਡਲ ਇਸ ਗੁਰਦੀਪ ਸਿੰਘ ਬਣਾਇਆ ਤੁਸੀਂ ਦੇਖਿਆ ਔਰ ਕਿੰਨੀ ਮਿਹਨਤ ਲੱਗੀ ਇਸ ਲੜਕੇ ਨੂੰ ਪਰਿਵਾਰ ਦਾ ਸਾਥ ਰਿਹਾ ਔਰ ਇੱਕ ਗੱਲ ਹੋਰ ਇਸ ਨੌਜਵਾਨ ਨੇ ਕਹੀ ਹੈ ਨੌਜਵਾਨ ਜਿਹੜੇ ਘੱਟ ਪੜ੍ਹੇ ਲਿਖੇ ਆ ਉਹ ਇਹ ਨਾ ਸੋਚਣ ਵੀ ਘੱਟ ਪੜ੍ਹੇ ਲਿਖੇ ਆ ਪਹਿਲੀ ਗੱਲ ਤਾਂ ਨਸ਼ਿਆਂ ਦੂਰ ਰਹਿਣ ਦੂਸਰੀ ਗੱਲ ਆ ਵੀ ਤੁਹਾਡੇ ਦਿਮਾਗ ਦੇ ਵਿੱਚ ਕੁਛ ਕਰ ਗੁਜ਼ਰਨ ਦੀ ਸ਼ਮਤਾ ਹੋਣੀ ਚਾਹੀਦੀ ਹੈ ਕਪੈਸਿਟੀ ਤੁਹਾਡੇ ਹੋਣੀ ਚਾਹੀਦੀ ਤੁਸੀਂ ਬਣਾ ਕਰ ਸਕਦੇ ਹੋ ਤਾਂ ਉਹ ਚੀਜ਼ ਦੂਰ ਨਹੀਂ ਤੁਸੀਂ ਉਸ ਉਸ ਅੜੀ ਸਫਲਤਾ ਨੂੰ ਤੁਸੀਂ ਮੁਕਾਮ ਜਿਹੜਾ ਹਾਸਿਲ ਕਰ ਸਕਦੇ ਹੋ ਸੋ ਦੈਨਿਕ ਸਵੇਰਾ ਟੀ ਵੀ ਰਾਜ ਦਾ ਨਾਮ ਅੱਜ ਅਸੀਂ ਲੰਡਨ ਤੁਹਾਨੂੰ ਜਿਹੜਾ ਗੁਰਦੀਪ ਸਿੰਘ ਨੇ ਲੰਡਨ ਦਾ ਜਿਹੜਾ ਮਾਡਲ ਬਣਾਇਆ ਤੁਹਾਨੂੰ ਰੂਬਰੂ ਕਰਾਇਆ ਔਰ ਇੱਦਾਂ ਦੀ ਤੁਹਾਨੂੰ ਖਬਰਾਂ ਹੋਰ ਤੁਹਾਨੂੰ ਅਸੀਂ ਸਾਹਮਣੇ ਲਿਆਉਂਦੇ ਰਹਾਂਗੇ ਦੈਨਿਕ ਸਵੇਰਾ ਟੀ ਵੀ ਲਈ ਕੈਮਰਾਮੈਨ ਸਨੀ ਮੋਤਾਨਾ ਸੰਦੀਪ ਸ਼ਰਮਾ ਦੈਨਿਕ ਸਵੇਰਾ ਟੀ ਵੀ ਲੁਧਿਆਣਾ